Gurpartap, Bhai,
सरदारी और शास्त्र जी इतनी कुछ सेवा प्रवान करना बाणी बहुत अगार बोध है इसका पांध नहीं रह सकते बाणी पढ़ दिया कीर्तन कर दिया निका प्रकार दिया लगतिया हो जाने से जान के खिमा कर गज बज के फतेह बुलाओ जी वाहेगुरु की दसा पातशाह की जोत श्री गुरु ग्रंथ साहब जी की गुरु प्यारी साध संगत जीओ सब तो पहला फतेह की सांझ करो वाहेगुरु जी का खालसा वाहेगुरु जी की फतेह। साध संगत जी गुरु इकबाल सिंह जी आए हैं उन्होंने सम्मान तुम फतेह नाल दिओ दोबारा एक बार वाहेगुरु जी का खालसा वाहेगुरु जी की फतेह। उठ फरीदा उजू साज सुबह नवाज गुजार जो सिर साई नान है सो सिर का पुतार हों कुरबाने जाऊं मेहरवाना हों कुरबाने जाऊं हों कुरबाने जाऊं तिना के लैन जो तेरा नाव तिना के हों सद कुरबाने जाऊं हों सद कुरबाने जाऊं। फरीदा बुरे दा भला कर गुस्सा मनना हंडाए देही रोग न लगे पल्ले सब किस पाए। आज दा ए महान दीवान परमजीत सिंह जी दे परिवार वालों काका महाराजा ग्रंथ सिंह जी दे जन्म दिहाड़े दी खुशी विच करवाया जा रहा है। सारी संगत वालों इत्थों दी कमेटी वालों परिवार नूं लख लख वधाइयां परिवार वालों सारियां संगतां दा जी आया नूं जी आया नूं जी आया नूं। ए सन भाई साहिब भाई गुरप्रताप सिंह जी हजूरी रागी हजूर साहब बहुत ही रस बिना कीर्तन कर रहे सन दिल तो नहीं सी करदा कि समाप्ति होवे लेकिन समा इजाजत नहीं दिंदा। असी परिवार वालों इतों की कमेटी वालों इन्हों दे बहुत ही धन्यवादी हाँ तो आस करते हाँ जदों भी इन्हों की सेवा की लोड़ पेगी सानू सेवा का मौका देंगे। हुण आप जी के सामने भाई साहब भाई गुरु इकबाल सिंह जी माता कौला जी अमृतसर तो पधार चुके हैं जो कि आपनों कीर्तन द्वारा निहाल करेंगे। साध संगत जी उन्होंने सम्मान की खुशी में सारी संगत को दो हाथ जोड़ के बेनती करता हाँ कि दो मिनट वास्ते सतनाम का जाप करना है ताकि परमात्मा उन्हां तो बहुत सेवावां लैण उन्हां दी सारे जत्थे वास्ते देह रोगता वास्ते सारिया संतान ने साध संगत जी कोई रसना खाली ना रहे दो मिनट वास्ते सतनाम का जाप करना है। सतनाम वाहेगुरु 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 सतनाम वाहेगुरु। चंगा नाव रखाई के जस किरत जगले यदि नजर ना आवे ता वात ना पूछे के मन बेचे सतगुरु के पास तिस सेवक के कारज रास सेवा करत होए नकामी तिसको होत प्राप्त स्वामी।
ਸਾਸਨ ਜੀ ਸਾਡੇ ਵਿੱਚ ਉਚੇਚੇ ਤੌਰ ਤੇ ਬਹੁਤ ਸਾਰੇ ਚੈਨਲ ਵਾਲੇ ਵੀ ਸੇਵਾਵਾਂ ਕਰ ਰਹੇ ਹਨ ਪਰਿਵਾਰ ਵੱਲੋਂ ਇੱਥੋਂ ਦੀ ਸੰਗਤ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਸੀਨ ਟੈਂਟ ਵਾਲੇ ਵੀ ਸੇਵਾ ਕਰ ਰਹੇ ਹਨ ਔਰ ਕੀਤੀ ਹੈ ਉਹਨਾਂ ਨੇ ਵੀ ਹਮੇਸ਼ਾ ਕਰਦੇ ਰਹਿੰਦੇ ਹਨ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਜਥੇਦਾਰ ਹਰਪਾਲ ਸਿੰਘ ਜੀ ਪ੍ਰੀਤ ਪ੍ਰਾਪਰਟੀ ਹੈਪੀ ਜੀ ਖਾਸ ਕਰਕੇ ਸਾਡੇ ਵਿੱਚ ਬਿੱਟੂ ਵੀਰ ਜੀ ਜਿਹਨਾਂ ਨੂੰ ਅਸੀਂ ਪਿਆਰ ਨਾਲ ਬਿੱਟੂ ਵੀਰ ਜੀ ਕਹਿੰਦੇ ਹਾਂ ਨਾਨਕ ਕੇ ਘਰ ਕੇਵਲ ਨਾਮ ਸਾਰੀਆਂ ਸੇਵਾਵਾਂ ਸੰਭਾਲ ਰਹੇ ਹਨ ਸਾਧ ਸੰਗਤ ਜੀ ਜਿੰਨੇ ਵੀ ਉਹਨਾਂ ਦੀ ਸੰਗਤ ਆਉਂਦੀ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਕੇਸਰੀ ਪੱਗਾਂ ਬੰਨ ਕੇ ਆਉਂਦੇ ਹਨ ਔਰ ਸਾਰੇ 99% ਅੰਮ੍ਰਿਤਧਾਰੀ ਹਨ ਸਾਧ ਸੰਗਤ ਜੀ ਸਾਡੇ ਪ੍ਰਚਾਰਕਾਂ ਦੀ ਬਹੁਤ ਲੋੜ ਹੈ ਔਰ ਬਹੁਤ ਸਖ਼ਤੀ ਨਾਲ ਲੋੜ ਹੈ ਅੰਮ੍ਰਿਤ ਸੰਚਾਰ ਬਹੁਤ ਘੱਟ ਹੋ ਰਿਹਾ ਹੈ ਸਾਡੇ ਖਾਸ ਕਰਕੇ ਸਿੰਘ ਸਭਾਵਾਂ ਵਿੱਚ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਮੁੱਖ ਤੋਂ ਅਰਦਾਸ ਕਰਨ ਕਿ ਸਾਰੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਅੰਮ੍ਰਿਤ ਛਕਣ ਲਈ ਬਲਬ ਦੀ ਬਖਸ਼ੋ ਸਾਡੇ ਵਿੱਚ ਗਿਆਨੀ ਸੁਖਦੀਪ ਸਿੰਘ ਜੀ ਪਟਿਆਲਾ ਤੋਂ ਕਥਾਵਾਚਕ ਉਹ ਵੀ ਆਏ ਹੋਏ ਹਨ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਗਿਆਨੀ ਵਿਕਰਮ ਸਿੰਘ ਜੀ ਗ੍ਰੰਥੀ ਸਿੰਘ ਜੀ ਬੁੜਾ ਦਲ ਤੋਂ ਪਟਿਆਲਾ ਤੋਂ ਦੁੱਖ ਨਿਵਾਰਨ ਸਾਹਿਬ ਤੋਂ ਆਏ ਹੋਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਤਾਂ ਦਾ ਸਰੁਜਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਹੋ ਚੁੱਕੇ ਹਨ ਉਹਨਾਂ ਅੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੋਂ ਦੀ ਸੰਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਹਜ਼ੂਰ ਸਾਹਿਬ ਸੱਚਖੰਡ ਅਚਲ ਨਗਰ ਦੇ ਕੀਰਤਨੀਏ ਭਾਈ ਗੁਰਪ੍ਰਤਾਪ ਸਿੰਘ ਜੀ ਸਮੇਂ ਦੇ ਰਾਗਾਂ ਵਿੱਚ ਉਹਨਾਂ ਨੇ ਹਾਜ਼ਰੀ ਲਾਈ। ਤਾਬਿਆਂ ਬੈਠੇ ਭਾਈ ਸਤਪਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਹਜ਼ੂਰ ਸਾਹਿਬ ਤੋਂ ਉੱਥੋਂ ਦੀਆਂ ਸਾਰੀਆਂ ਸੇਵਾ ਨਿਭਾਉਣ ਲੱਗੇ। ਪਟਿਆਲੇ ਤੋਂ ਆਈਆਂ ਬਖਸ਼ੀਆਂ ਰੂਹਾਂ ਸਾਡੇ ਵੱਡੇ ਭਾਗ ਆ ਕਥਾ ਕੀਰਤਨ ਦੇ ਬਹਾਨੇ ਸਾਡੇ ਬਾਜਾਂ ਵਾਲੇ ਦੀਆਂ ਦਰ ਦੀਆਂ ਸੰਗਤਾਂ ਦੀਆਂ ਪਿਆਰੀਆਂ ਰੂਹਾਂ ਦੇ ਦਰਸ਼ਨ ਪੰਜ ਵਾਰੀ ਵਾਹਿਗੁਰੂ ਕਹਿ ਕੇ ਸ਼ੁਕਰਾਨਾ ਵੀ ਦੇ ਹਾਜ਼ਰੀ ਕਿੰਨਾ ਕੀਰਤਨ ਦਾ ਆਨੰਦ ਬਣਿਆ ਪਿਆ ਸੀ। ਜਿਹੜਾ ਅਖੀਰਲਾ ਸ਼ਬਦ ਇਹਨਾਂ ਲਾਇਆ ਦਸਵੇਂ ਗ੍ਰੰਥ 'ਚ, ਅਤੇ ਮੈਂ ਬੈਠਾ ਬੈਠਾ ਸੋਚ ਰਿਹਾ ਸੀ ਮੈਂ ਗੁਰੂ ਗੋਬਿੰਦ ਸਿੰਘ ਵਰਗੀ ਗਰੀਬੀ ਕੌਣ ਕਮਾਇਆ। ਸਾਰੇ ਸ਼ਬਦ 'ਚ ਬੇਨਤੀ ਸੀ, ਬੇਨਤੀ ਤੈਨੂੰ ਕਾਰ ਲਾਇਆ ਆਪ ਮਾਲਕ ਨੇ, ਆਪ ਮਾਲਕ ਨੇ ਸਮਰੱਥ ਨੇ ਪੜ੍ਹਾਈ ਕਿੰਨੀ ਗਰੀਬੀ ਵਾਲੀ। ਦਾਸ ਗੋਬਿੰਦ ਵਿਜੇ ਸਤਿਗੁਰ ਕੀ ਆਪਣੇ ਆਪ ਨੂੰ ਦਾਸ, ਇਹ ਦਸਮ ਗ੍ਰੰਥ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਕੋਈ ਸਮਝੇ ਕਿੰਨੀ ਗਰੀਬੀ ਕਮਾਈ ਗਈ ਗਈ ਆਖੋ ਸਾਧਨਾ ਕਿੰਨੀ ਗਰੀਬੀ। ਆਓ ਜਿਹੜੇ ਗਾ ਰਹੇ ਸੀ